ਸਸਿਕਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਅਸੀਂ ਲਗਾਤਾਰ ਲਗਭਗ ਸਾਰੀ ਕਲਾਸਾਂ ਦੇ ਲਈ ਪੇਪਰ ਅਸੀਂ ਲੈ ਕੇ ਆ ਰਹੇ ਹਾਂ ਸੈਂਪਲ ਪੇਪਰ ਲੈ ਕੇ ਆ ਰਹੇ ਹਾਂ ਉਹ ਵੀ ਪੂਰੀ ਤਰ੍ਹਾਂ ਹੱਲ ਕੀਤੇ ਹੋਏ ਸੋ ਅੱਜ ਅਸੀਂ ਲੈ ਕੇ ਆਏ ਹਾਂ 12ਵੀਂ ਜਮਾਤ ਦਾ ਪੋਲੀਟੀਕਲ ਸਾਇੰਸ ਦਾ ਜਿਹੜਾ ਹੈ ਸੈਂਪਲ ਪੇਪਰ ਜਾਂ ਜਿਹਨੂੰ ਮਾਡਲ ਟੈਸਟ ਪੇਪਰ ਕਹਿੰਦੇ ਹਾਂ ਉਹ ਅਸੀਂ ਲੈ ਕੇ ਆਏ ਹਾਂ ਜੋ ਕਿ ਪੰਜਾਬ ਬੋਰਡ ਦੇ ਪ੍ਰੀ ਬੋਰਡ ਤੇ ਫਾਈਨਲ ਪੇਪਰ ਜਿਹੜੇ ਹੋਣ ਜਾ ਰਹੇ ਹਨ ਉਹਦੇ ਅਕੋਰਡਿੰਗ ਹੈ ਸੋ ਦੋਸਤੋ ਇਹ ਪੇਪਰ ਪੂਰੀ ਤਰ੍ਹਾਂ ਸੋਲਵ ਕੀਤਾ ਹੋਇਆ ਹੈ ਦੋਨੇ ਇੰਗਲਿਸ਼ ਅਤੇ ਪੰਜਾਬੀ ਮੀਡੀਅਮ ਦੇ ਵਿੱਚ ਠੀਕ ਹੈ ਜੀ ਸੋ ਸ਼ੁਰੂ ਕਰਦੇ ਹਾਂ ਸੋ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਠੀਕ ਹੈ ਜੀ ਸੋ ਦੋਸਤੋ ਸ਼ੁਰੂ ਕਰਦੇ ਹਾਂ ਸੋ ਦੋਸਤੋ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਇਹ ਜਾਣਕਾਰੀ ਉਹਨਾਂ ਲਈ ਖਾਸ ਹੈ ਜਿਹੜੇ ਸਾਡੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਨ ਸੋ ਦੋਸਤੋ ਸਾਡੀ ਅਫੀਸ਼ੀਅਲ ਵੈੱਬਸਾਈਟ ਹੈ www. thepunjabiclass.com ਜੀ ਹਾਂ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਕਿਸੇ ਵੀ ਕਲਾਸ ਦਾ ਕੋਈ ਵੀ ਸਬਜੈਕਟ ਦਾ ਪੇਪਰ ਜਿਹੜਾ ਹੈ ਇੱਥੇ ਪ੍ਰਾਪਤ ਕਰ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ ਜੋ ਕਿ ਪੂਰੀ ਤਰ੍ਹਾਂ ਹਲਕੀਤੇ ਹੁੰਦੇ ਹਨ ਇੰਗਲਿਸ਼ ਤੇ ਪੰਜਾਬੀ ਦੋਨੇ ਮੀਡੀਅਮ ਦੇ ਵਿੱਚ ਜੀ ਹਾਂ ਇੱਕ ਪ੍ਰਿਮਾ ਫੇਅਰ ਵੈਬਸਾਈਟ ਦਾ ਐਡਰੈਸ ਦੱਸ ਦਿੰਦਾ ਹਾਂ www.thepunjabiclass.com ਜੀ ਹਾਂ ਇੱਥੇ ਸਾਰੀਆਂ ਕਲਾਸਾਂ ਦੇ ਲਗਭਗ ਸਾਰੇ ਸਬਜੈਕਟ ਇੱਥੇ ਉਪਲਬਧ ਨੇ ਠੀਕ ਹੈ ਜੀ ਉਵੀ ਜਿਹੜੇ ਸੈਂਪਲ ਪੇਪਰ ਨੇ ਜਿਹੜੇ ਪੰਜਾਬ ਬੋਰਡ ਵੱਲੋਂ ਜਿਹੜੇ ਪੈਟਰਨ ਜਾਰੀ ਕੀਤੇ ਗਏ ਹਨ ਉਹਦੇ ਅਕੋਰਡਿੰਗ ਹੈ ਤੇ ਸਾਰੇ ਪੇਪਰ ਦੋਨੇ ਹੀ ਭਾਸ਼ਾਵਾਂ ਦੇ ਵਿੱਚ ਹੱਲ ਕੀਤੇ ਹੋਏ ਹਨ ਠੀਕ ਹੈ ਜੀ ਸੋ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਇਸ ਤੋਂ ਇਲਾਵਾ ਵੀ ਜੇਕਰ ਤੁਹਾਨੂੰ ਕੋਈ ਸਬਜੈਕਟ ਦਾ ਪੇਪਰ ਚਾਹੀਦਾ ਹੈ ਉੱਥੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਸੋ ਆਪਾਂ ਸ਼ੁਰੂ ਕਰਦੇ ਹਾਂ 12th ਕਲਾਸ ਪੀਐਸਸੀਬੀ ਪੋਲੀਟੀਕਲ ਸਾਇੰਸ ਫਾਈਨਲ ਸੈਂਪਲ ਜਾਂ ਮਾਡਲ ਟੈਸਟ ਪੇਪਰ 2023 ਫੁੱਲੀ ਸੋਲਡ ਇਨ ਬੋਥ ਇੰਗਲਿਸ਼ ਐਂਡ ਪੰਜਾਬੀ ਮੀਡੀਅਮ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮਾਡਲ ਟੈਸਟ ਪੇਪਰ 2023 ਕਲਾਸ 12ਵੀਂ ਸਬਜੈਕਟ ਪੋਲੀਟੀਕਲ ਸਾਇੰਸ ਟਾਈਮ ਅਲਾਉਡ 3 ਆਰਸ ਤੇ ਜਿਹੜੇ ਨੰਬਰ ਨੇ 80 ਠੀਕ ਹੈ ਜੀ ਸੋ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਸੋ ਸਭ ਤੋਂ ਪਹਿਲਾਂ ਸੈਕਸ਼ਨ A ਇਹਦੇ ਵਿੱਚ 16 ਪ੍ਰਸ਼ਨ ਆਣਗੇ 2 ਨੰਬਰਾਂ ਦੇ ਤੇ 32 ਨੰਬਰਾਂ ਦੇ ਹੋਣਗੇ ਠੀਕ ਹੈ ਜੀ ਸੋ ਨੋਟ ਆਲ ਆਲ ਕੁਐਸਚਨਸ ਆਰ ਮੈਂਡੇਟਰੀ ਸੋ ਕੁਐਸਚਨ ਨੰਬਰ 1 ਹੈ Which of the following is not a feature of contemporary liberal, uh, liberalism so dosto ida answer da khair niche ditte hoye hai main ithe sare da sara paper twadi suhulat de layi scroll karanga niche to leke utte tak so itthe jankari dena chahnde haan jehde punjab board de vidyarthiyan ne te punjabi medium de han ki ehe paper jehda hai upar pehla english ch aayega us to baad niche jehda hai punjabi medium de vich vi eh puri tarah solve kita hoya hai theek hai ji so tusi tension na lo punjabi medium de vidyarthiyan de vi asi pura dhyan rakhde haan ਸੋ ਦੋਸਤੋ ਇਹ ਪੇਪਰ ਨੂੰ ਬਣਾਉਣ ਦੇ ਵਿੱਚ ਬੜੀ ਮਿਹਨਤ ਲੱਗਦੀ ਹੈ ਪਹਿਲਾਂ ਸਾਨੂੰ ਟਾਈਪ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਪੰਜਾਬੀ 'ਚ ਟਾਈਪਿੰਗ ਕਰਨੀ ਪੈਂਦੀ ਹੈ ਪੰਜਾਬੀ ਦੀ ਟਾਈਪਿੰਗ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਠੀਕ ਹੈ ਜੀ ਸੋ ਇੰਨੀ ਮਿਹਨਤ ਨਾਲ ਅਸੀਂ ਵੀਡੀਓ ਬਣਾਉਂਦੇ ਆ ਤਾਂ ਤੁਸੀਂ ਜ਼ਰੂਰ ਦੇਖਿਆ ਕਰੋ ਇਹਨੂੰ ਜ਼ਰੂਰ ਲਾਈਕ ਕਰਿਆ ਕਰੋ ਤੇ ਬਾਕੀ ਵਿਦਿਆਰਥੀਆਂ ਤੱਕ ਵੀ ਜੇ ਹੋ ਸਕੇ ਤਾਂ ਸ਼ੇਅਰ ਕਰਦੇ ਕਰੋ ਠੀਕ ਹੈ ਜੀ ਸੋ ਨਾਲੇ ਤੁਸੀਂ ਆਪਣਾ ਸੁਝਾਅ ਸਾਨੂੰ ਜ਼ਰੂਰ ਦਈਏ ਕਰੋ ਵੀ ਤੁਹਾਨੂੰ ਅਸੀਂ ਜਿਹੜੇ ਪੇਪਰ ਭੇਜ ਰਹੇ ਹਾਂ ਸਾਨੂੰ ਉਹਦਾ ਬੈਨੀਫਿਟ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਹੈ ਜਾਂ ਫਿਰ ਤੁਹਾਨੂੰ ਇਹਦੇ ਵਿੱਚ ਕੋਈ ਤਬਦੀਲੀ ਚਾਹੀ ਠੀਕ ਹੈ ਜੀ ਉਹ ਸਾਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਅਸੀਂ ਉਹ ਜਿਹੜੀਆਂ ਤੁਹਾਡੇ ਕਮੈਂਟ ਬਦਲਣ ਤੋਂ ਬਾਅਦ ਉਹ ਤਬਦੀਲੀਆਂ ਜਿਹੜੀਆਂ ਪੇਪਰਾਂ ਦੇ ਵਿੱਚ ਲੈ ਕੇ ਆ ਸਕੀਏ ਕਿਉਂਕਿ ਪਹਿਲਾਂ ਬਹੁਤ ਸਾਰੇ ਵਿਦਿਆਰਥੀ ਕਹਿੰਦੇ ਹੁੰਦੇ ਸਨ ਕਿ ਸਰ ਸਕਰੀਨਸ਼ਾਟ ਲਾ ਕੇ ਪੜਨ ਦੇ ਵਿੱਚ ਦਿੱਕਤ ਆਉਂਦੀ ਹੈ ਠੀਕ ਹੈ ਜੀ ਸੋ ਉਹਦਾ ਅਸੀਂ ਹੱਲ ਕੱਢ ਲੈ ਕੇ ਆਏ ਹਾਂ ਠੀਕ ਹੈ ਜੀ ਸਾਡੀ ਵੈਬਸਾਈਟ ਅਸੀਂ ਬਣਾ ਕੇ ਉੱਥੇ ਪੇਪਰ ਪਾ ਦਿੰਦੇ ਹਾਂ ਉੱਥੇ ਤੁਸੀਂ ਆਰਾਮ ਨਾਲ ਬੈਠ ਕੇ ਪੇਪਰ ਪੜ ਸਕਦੇ ਹੋ ਤੁਹਾਨੂੰ ਸਕਰੀਨਸ਼ਾਟ ਲੈਣ ਦੀ ਵੀ ਨਹੀਂ ਲੋੜ ਹੈ ਕਰਨਾ ਕੀ ਇਹ ਵਾਸਤੇ ਅਸੀਂ ਲਿੰਕ ਨੂੰ ਸੇਵ ਕਰ ਲੈਣਾ ਹੈ ਠੀਕ ਹੈ ਜੀ ਸੋ ਦਿ ਲਿੰਕ ਤੋਂ ਯ ਇਹ ਜਿਹੜਾ ਸਬਜੈਕਟ ਪੇਪਰ ਤੁਸੀਂ ਵੀਡੀਓ ਦੇਖ ਰਹੇ ਹੋ ਜੇਕਰ ਇਹਨੂੰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਇਹਦਾ ਲਿੰਕ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਜਿਵੇਂ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਸਾਰੇ ਦਾ ਸਾਰਾ ਪੇਪਰ ਤੁਹਾਡੇ ਸਾਹਮਣੇ ਡਾਊਨਲੋਡ ਹੋ ਜਾਵੇਗਾ ਠੀਕ ਹੈ ਜੀ ਸੋ ਇਸ ਤੋਂ ਇਲਾਵਾ ਬਾਕੀ ਸਬਜੈਕਟਾਂ ਦੇ ਪੇਪਰ ਵੀ ਉੱਥੇ ਪਏ ਹਨ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਲਗਭਗ ਸਾਰੀ ਕਲਾਸਾਂ ਦੇ ਵੈਸੇ ਉੱਥੇ ਆਲਰੇਡੀ ਕਾਫੀ ਸਾਰੇ ਪੇਪਰ ਸਾਰੀਆਂ ਕਲਾਸਾਂ ਦੇ ਲਗਭਗ ਕੋਈ ਨਾ ਕੋਈ ਪੇਪਰ ਉੱਥੇ ਤੁਹਾਨੂੰ ਮਿਲ ਜਾਵੇਗਾ ਸੋ ਕੋਸ਼ਿਸ਼ ਸਾਡੀ ਰਹਿੰਦੀ ਹੈ ਪਰ ਏ ਟਾਈਮ ਲੱਗਦਾ ਹੈ ਸਾਰੇ ਪੇਪਰ ਨੂੰ ਟਾਈਪ ਕਰਕੇ ਲਿਖਣ ਨੂੰ ਸਾਰੇ ਕੁਐਸਚਨ ਆਨਸਰ ਕਿਉਂਕਿ ਇਹ ਜਿਹੜੇ ਅਸੀਂ ਪੇਪਰ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਸਾਰੇ ਅਨਸੋਲਵਡ ਹੀ ਹੁੰਦੇ ਹਨ ਸੋ ਇਹਨਾਂ ਨੂੰ ਪੂਰਾ ਸੋਲਵ ਕਰਨ ਦੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਠੀਕ ਹੈ ਜੀ ਕਿਉਂਕਿ ਇੰਨੇ ਸਾਰੇ ਲੈਸਨ ਹੁੰਦੇ ਹਨ ਸਾਰੇ ਪੜ੍ਹਨੇ ਪੈਂਦੇ ਹਨ ਸੋ ਤੁਸੀਂ ਇਸ ਨੂੰ ਚੀਜ਼ ਨੂੰ ਧਿਆਨ ਚ ਰੱਖਣਾ ਠੀਕ ਹੈ ਜੀ ਸੋ نیچے ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਅਸੀਂ ਜਿਹੜੀ ਵੀਡੀਓ ਪਾ ਰਹੇ ਹਾਂ ਤੁਹਾਡੇ ਮਤਲਬ ਦੇ ਵਿੱਚ ਹੈ ਵੀ ਜਾਂ ਨਹੀਂ ਕੁਛ ਜੇ ਇਹਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਜੇਕਰ ਵਧੀਆ ਲੱਗਦੀ ਹੈ ਤਾਂ ਵੀ ਦੱਸਦੇ ਕਰੋ ਕਿਉਂਕਿ ਸਾਡੀ ਹੌਸਲਾ ਫਜ਼ਾਈ ਇਹ ਬੱਚਿਆਂ ਨੂੰ ਵੀਡੀਓ ਪਸੰਦ ਆ ਰਹੀ ਹੈ ਠੀਕ ਹੈ ਜੀ ਸਾਡੇ ਕੀਤੇ ਐਫਰਟ ਸਫਲ ਹੋ ਰਹੇ ਹਨ ਤੇ ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਵੀ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਅਗਲੀ ਵੀਡੀਓ ਦੇ ਵਿੱਚ ਉਹਨੂੰ ਜਿਹੜੀ ਪਰੇਸ਼ਾਨੀ ਤੁਹਾਨੂੰ ਆ ਰਹੀ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਸਕੀਏ ਠੀਕ ਹੈ ਜੀ ਸੋ ਇਹ ਸਾਰੇ ਦਾ ਸਾਰਾ ਪੇਪਰ ਅਸੀਂ ਸਕਰੋਲ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬੀ ਮੀਡੀਅਮ ਦੇ ਵਿੱਚ ਆ ਗਿਆ ਹੈ ਸੋ ਸਾਰੇ ਪੇਪਰ ਸਾਰੇ ਵਿਦਿਆਰਥੀਆਂ ਲਈ ਅਸੀਂ ਲੈ ਕੇ ਆਵਾਂਗੇ ਸਾਰੀ ਕਲਾਸਾਂ ਦੇ ਲਈ ਠੀਕ ਹੈ ਜੀ ਸੋ ਦੋਸਤੋ ਇਸ ਤੋਂ ਇਲਾਵਾ ਸਾਡਾ ਟੈਲੀਗ੍ਰam ਗਰੁੱਪ ਵੀ ਹੈ ਉਨਕੇ ਕਈ ਵਾਰੀ YouTube ਦੇ ਉੱਤੇ ਸਾਨੂੰ ਕਮੈਂਟ ਆਉਂਦੇ ਆ ਉਹਨੂੰ ਪੇਪਰ ਮੰਗਦੇ ਰਹਿੰਦੇ ਹਨ ਜਿਹੜਾ ਅਸੀਂ ਆਲਰੇਡੀ ਪੇਪਰ ਪਾ ਚੁੱਕੇ ਆਉਂਦੇ ਹਾਂ ਸੋ ਦੋਸਤੋ ਹੇਠਾਂ ਹੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਸੀਂ Telegram ਚੈਨਲ ਦਾ ਵੀ ਲਿੰਕ ਦਿੱਤਾ ਹੋਇਆ ਹੈ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਸਾਡੇ Telegram ਚੈਨਲ ਨੂੰ ਜੁਆਇਨ ਕਰ ਲਓ ਠੀਕ ਹੈ ਜੀ ਜਿਵੇਂ ਤੁਸੀਂ ਜੁਆਇਨ ਕਰੋਗੇ ਉੱਥੇ ਫਿਰ ਤੁਹਾਡੇ ਜਿਹੜੇ ਅਪਡੇਟ ਆਣਗੇ ਸਾਡੇ ਵੱਲੋਂ ਉਹ ਮਿਸ ਨਹੀਂ ਹੋਣਗੇ ਠੀਕ ਹੈ ਜੀ ਉੱਥੇ ਅਸੀਂ PDF ਵੀ ਪਾ ਦਿੰਦੇ ਹਾਂ ਤੁਹਾਡੀ ਸਹੂਲਤ ਦੇ ਲਈ ਸੋ ਉੱਥੋਂ ਤੁਸੀਂ ਉਹ ਵੀ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਹੁਣ ਪੇਪਰ ਜਲਦੀ ਹੀ ਸ਼ੁਰੂ ਹੋ ਜਾਣ ਆਣ ਰੀਪੋਰਟ ਦੇ 16 ਤਰੀਕ ਨੂੰ ਕੇ ਜਾ ਰਹੇ ਹਨ ਸਕੂਲਾਂ ਵੱਲੋਂ ਕਿਉਂਕਿ ਪੰਜਾਬ ਬੋਰਡ ਨੇ ਕਿਹਾ ਹੈ 1 ਫਰਵਰੀ ਤੋਂ ਪਹਿਲਾਂ ਪਹਿਲਾਂ ਪੇਪਰ ਜਿਹੜੇ ਵੀ ਤੁਸੀਂ ਕਰਾਉਣੇ ਹਨ ਕਰਾ ਲਓ ਠੀਕ ਹੈ ਜੀ ਸੋ ਅੱਜ ਜਿਵੇਂ ਛੁੱਟੀਆਂ ਖਤਮ ਹੋਣ ਗਈਆਂ ਸੋ 8ਵੀਂ ਤੋਂ 12ਵੀਂ ਤੋ ਸਕੂਲੇ ਲੱਗ ਹੀ ਰਹੇ ਹਨ ਵਿਦਿਆਰਥੀਆਂ ਨੇ ਉਸ ਤੋਂ ਇਲਾਵਾ ਜਿਹੜੇ ਹਨ ਪੇਪਰ ਤੁਹਾਡੇ ਇੱਕਦਮ ਹੀ ਸ਼ੁਰੂ ਹੋਣਗੇ ਸੋ ਤੁਹਾਨੂੰ ਦਿੱਕਤ ਨਾ ਆਏ ਤਾਂ ਹੁਣੇ ਥੋੜਾ ਥੋੜਾ ਪੜ੍ਹਨਾ ਸ਼ੁਰੂ ਕਰ ਦਿਓ ਠੀਕ ਹੈ ਜੀ ਸੋ ਦੋਸਤੋ ਏਸੀ 12ਵੀਂ ਜਮਾਤ ਦਾ ਪੋਲੀਟੀਕਲ ਸਾਇੰਸ ਦਾ ਸੈਂਪਲ ਟੈਸਟ ਪੇਪਰ ਜੋ ਕਿ ਪੂਰੀ ਤਰ੍ਹਾਂ ਸੋਲਵ ਕੀਤਾ ਹੋਇ ਤੋ ਦੋਸਤੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵਾਂ ਪੇਪਰ ਲੈ ਕੇ ਤਦ ਤੱਕ ਲਈ ਧੰਨਵਾਦ